ਵਾਹਿਗੁਰੂ ਜੀ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬਲਾਵਹ ਤਿਉ ਨਾਨਕ ਦਾਸ ਬੋਲੈ ਜਿਉਂ ਬਲਾਵਹ ਤਿਉ ਨਾਨਕ ਦਾਸ ਬੋਲੈ ਸਨਮਾਨਯੋਗ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਓ ਰਸਨਾ ਨੂੰ ਸਾਰੇ ਕਰੋ ਪਵਿੱਤਰ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਪਿਆਰ ਨਾਲ ਪਾਓ ਸਾਰੇ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਬਹੁਤ ਹੀ ਮਹਾਨ ਉੱਚੀ ਕਰਨੀ ਵਾਲੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸਾਹਿਬ ਉਹਨਾਂ ਦੀ ਮਿੱਠੀ ਅਤੇ ਪਿਆਰੀ ਸਲਾਨਾ ਯਾਦ ਜਿੱਥੇ ਕਰਨੀ ਅਤੇ ਕਥਨੀ ਦੇ ਮਹਾਨ ਪੂਰੇ ਸੱਚਖੰਡ ਵਾਸੀ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਉਹਨਾਂ ਨੇ ਇਹ ਸਮਾਗਮ ਸਾਲਾਨਾ ਸ਼ੁਰੂ ਕੀਤਾ ਹੋਇਆ ਸੀ। ਅੱਜ ਉਹ ਭਾਈ ਸਾਹਿਬ ਜੀ ਦੇ ਪਾਏ ਪੂਰਨਿਆਂ ਅਨੁਸਾਰ ਉਦੋਂ ਅੱਗੇ ਪਲੰਘਾਂ ਟੱਪਦਿਆਂ ਵੱਧਦਿਆਂ ਮੇਰੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਅਤੇ ਇਹਨਾਂ ਦੇ ਸਾਰੇ ਹੀ ਸਹਿਯੋਗੀ ਸਮੁੱਚੀ ਸੰਗਤ ਅੱਜ ਉਸ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਅਤੇ ਪੰਥ ਰਤਨ ਕਰਨੀ ਕਥਨੀ ਦੇ ਪੂਰੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਹੋ ਰਿਹਾ ਹੈ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਜਿਸ ਨੂੰ ਸਤਿਗੁਰੂ ਪਾਤਸ਼ਾਹ ਨੇ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬਦਹੋਂ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਉਸ ਪਾਵਨ ਸਥਾਨ ਦੇ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਅਡੀਸ਼ਨਲ ਹੈਡ ਗ੍ਰੰਥੀ ਸਾਹਿਬ ਜਿੱਥੇ ਸੋਦਰ ਆਪ ਸੰਗਤਾਂ ਨੂੰ ਸ਼ਰਵਣ ਕਰਾ ਕੇ ਗਏ ਉੱਥੇ ਗੁਰਮਤ ਵਿਚਾਰਾਂ ਦੀ ਸਾਂਝ ਵੀ ਆਪ ਸੰਗਤਾਂ ਦੇ ਨਾਲ ਪਾ ਕੇ ਗਏ ਹਨ। ਉਹਨਾਂ ਤੋਂ ਉਪਰੰਤ ਮੈਥੋਂ ਪਹਿਲਾਂ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਉਹ ਗੁਰੂ ਕੇ ਅੰਮ੍ਰਿਤ ਰੂਪ ਵਚਨਾਂ ਦਾ ਕੀਰਤਨ ਆਪ ਸੰਗਤਾਂ ਨੂੰ ਰਸ ਭਿੰਨਾ ਸ਼ਰਵਣ ਕਰਾ ਕੇ ਗਏ ਹਨ। ਨਾਲ ਹੀ ਸਤਿਗੁਰੂ ਦਾ ਬਖਸ਼ਿਸ਼ ਕੀਤਾ ਗੁਰਮੰਤਰ ਵਾਹਿਗੁਰੂ ਉਹ ਤੁਹਾਨੂੰ ਦ੍ਰਿੜ ਕਰਾ ਰਹੇ ਸਨ, ਜਪਾ ਰਹੇ ਸਨ। ਆਓ ਜਿੰਨਾ ਕੁ ਸਮਾਂ ਤੁਹਾਡੇ ਦਰਸ਼ਨ ਕਰਨੇ ਆ ਜੋ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਦਾ ਮੁੱਖ ਨਿਸ਼ਾਨਾ ਸਾਰੀ ਜ਼ਿੰਦਗੀ ਜੋ ਉਹਨਾਂ ਨੇ ਕੀਤਾ ਉਹੀ ਕੁਝ ਭਾਈ ਸਾਹਿਬ ਪੰਥ ਰਤਨ ਭਾਈ ਜਸਵੀਰ ਸਿੰਘ ਜੀ
ਅਤੇ ਅੱਜ ਉਹੀ ਉਪਰਾਲੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਵੱਲੋਂ ਇਹ ਸਮੁੱਚੇ ਜੋ ਸਮਾਗਮ ਹਨ ਇਹਦਾ ਮੇਨ ਇੱਕੋ ਇੱਕ ਮਕਸਦ ਹੈ ਸਤਿਗੁਰੂ ਦੇ ਨਾਲ ਮਨੁੱਖਤਾ ਨੂੰ ਜੋੜਨਾ। ਉਹ ਕੱਲ੍ਹ ਨੂੰ ਉਸ ਸੰਬੰਧ ਵਿੱਚ ਅੰਮ੍ਰਿਤ ਦਾ ਵਾਟਾ ਵੀ ਤਿਆਰ ਹੋ ਰਿਹਾ ਹੈ। ਗੁਰੂ ਪਿਆਰਿਓ ਜਿਹੜੇ ਉੱਚੀ ਕਰਨੀ ਵਾਲੇ ਹੁੰਦੇ ਨੇ ਅੱਜ ਭਾਵੇਂ ਬਹੁਤ ਸਾਰੇ ਤਰਕਵਾਦੀ ਮਨੁੱਖ ਸੰਤ ਅਤੇ ਸਾਧ ਸ਼ਬਦ ਦੇ ਉੱਤੇ ਤਰਕ ਕਰਦੇ ਹਨ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਰਨੀ ਵਾਲੇ ਗੁਰੂ ਕੇ ਸਿੱਖਾਂ ਨੇ ਪੁੱਛਿਆ ਭਾਈ ਸਾਹਿਬ ਜੀ ਸਾਧੂ ਕਿਸ ਨੂੰ ਕਿਹਾ ਜਾਂਦਾ ਭਗਤ ਕਿਸ ਨੂੰ ਕਿਹਾ ਜਾਂਦਾ ਹੈ ਬ੍ਰਹਮ ਗਿਆਨੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬੋਲ ਹਨ ਭਾਈ ਸਾਹਿਬ ਜੀ ਕਹਿੰਦੇ ਗੁਰਮੁਖ ਸਾਧ ਅਸਾਧ ਸਾਧ ਵਖਾਣੀਐ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਹੈ ਉੱਚੀ ਕਰਨੀ ਵਾਲਾ ਜਿਹਨੇ ਨਾ ਸਾਧੇ ਜਾਣ ਵਾਲੇ ਪੰਜੇ ਵਿਸ਼ਿਆਂ ਨੂੰ ਸਾਧ ਲਿਆ ਹੈ ਭਾਵੇਂ ਲੋਕ ਜਿਵੇਂ ਮਰਜ਼ੀ ਕੋਈ ਕਹੀ ਜਾਣ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਨਾਮ ਸਾਧੂ ਕਰਕੇ ਹੀ ਲੈਂਦੇ ਨੇ ਸੰਤ ਕਰਕੇ ਹੀ ਲੈਂਦੇ ਹਨ। ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀਐ ਜਿਹੜੇ ਗੁਰੂ ਦੇ ਸਨਮੁਖ ਵਿਵੇਕ ਬੁੱਧੀ ਵਾਲੇ ਨੇ ਉਹਨਾਂ ਦਾ ਨਾਮ ਵਿਵੇਕੀ ਕਰਕੇ ਵੀ ਪ੍ਰਸਿੱਧ ਹੋ ਜਾਂਦਾ ਹੈ। ਗੁਰਮੁਖ ਭਾਉ ਭਗਤ ਭਗਤ ਪਛਾਣੀਐ ਪਰ ਗੁਰਸਿੱਖੀ ਦੇ ਅੰਦਰ ਤਾਂ ਮੈਂ ਸਮਝਦਾ ਜਿਨ੍ਹਾਂ ਦੀ ਯਾਦ ਅਸੀਂ ਮਨਾ ਰਹੇ ਹਾਂ ਉਹ ਸਾਧੂ ਵੀ ਸਨ ਉਹ ਭਗਤ ਵੀ ਸਨ ਉਹਨਾਂ ਦੇ ਉੱਤੇ ਉਹ ਵਿਵੇਕੀ ਵੀ ਉਹ ਸਾਰੇ ਗੁਣ ਹੀ ਗੁਰੂ ਕੇ ਸਿੱਖ ਦੇ ਅੰਦਰ ਕਰਨੀ ਵਾਲੇ ਦੇ ਅੰਦਰ ਗੁਰੂ ਨੇ ਪੂਰਨ ਬਖਸ਼ਿਸ਼ ਕੀਤੇ ਹਨ। ਤਦ ਹੀ ਗੁਰੂ ਰਾਮਦਾਸ ਜੀ ਨੇ ਕਿਹਾ ਧੰਨ ਧੰਨ ਭਗਤ ਇਹਨਾਂ ਭਗਤ ਜਨਾ ਜੋ ਹਰ ਜਾ ਸ੍ਰਵਣੀ ਸੁਣਦੇ ਆ ਧੰਨ ਧੰਨ ਭਗਤ ਇਹਨਾਂ ਸੰਤ ਜਨਾ ਜੋ ਹਰ ਜਾ ਸ੍ਰਵਣੀ ਸੁਣਦੇ ਆ ਧੰਨ ਧੰਨ ਭਗਤ ਇਹਨਾਂ ਭਗਤ ਜਨਾ ਧੰਨ ਨੇ ਉਹਨਾਂ ਭਗਤਾਂ ਦੇ ਭਾਗ ਧੰਨ ਉਹਨਾਂ ਸੰਤਾਂ ਦੇ ਧੰਨ ਉਹ ਸਾਧੂ ਅਖੀਰ 'ਚ ਜਾ ਕੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ ਗੁਰਦੇਵ ਨੇ ਕਹਿ ਦਿੱਤਾ ਗੁਰਸਿੱਖ ਐਸੀ ਕਰਨੀ ਵਾਲੇ ਉਹ ਮਹਾਂਪੁਰਖ ਗੁਰੂ ਪਿਆਰਿਓ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ 16/65/19 ਜੂਨ ਨੂੰ ਅਨੰਦਪੁਰ ਸਾਹਿਬ ਵਸਾਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਉਸ 'ਤੇ ਸਾਜਨਾ ਕੀਤੀ। ਕੱਲ੍ਹ ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ। ਅੱਜ ਤਾਂ ਅਸੀਂ ਬੇਨਤੀਆਂ ਕਰਦੇ ਹਾਂ ਵੀ ਗੁਰੂ ਪਿਆਰਿਓ ਅੰਮ੍ਰਿਤ ਛਕੋ। ਸਤਿਗੁਰੂ ਦੇ ਬੋਲ ਹਨ ਸਤਿਗੁਰ ਬਾਝੋ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾ ਬੁਰਾ। ਪਰ ਮੇਰੇ ਦਸ਼ਮੇਸ਼ ਪਿਤਾ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਸੀ ਉਦੋਂ ਤਾਂ ਖੜਕ ਖੈਂਚ ਘਰ ਲੀਨ ਸੋ ਚਮਕਤ ਠਹਿਰਤ ਮਾਨੋ ਦਮਨੀ ਦਮਕਤ ਘਨਸੁਰ ਸਮ ਬੋਲੇ ਗੁਣਖਾਨੀ ਸਭ ਸੰਗਤ ਗੁਰਪ੍ਰਿਆ ਮਹਾਨੀ। ਇਤਿਹਾਸ ਨੇ ਲਿਖਿਆ 80,000 ਦੇ ਇਕੱਠ 'ਚ ਮੇਰੇ ਪਾਤਸ਼ਾਹ ਨੇ ਮਿਆਨ 'ਚੋਂ ਸ੍ਰੀ ਸਾਹਿਬ ਕੱਢ ਕੇ ਸਭ ਨੂੰ ਸੰਬੋਧਨ ਕਰਕੇ ਕਿਹਾ ਸੀ ਸਾਨੂੰ ਸੰਗਤ ਸਾਰੀ ਪਿਆਰੀ ਆ ਪਰ ਨਾਲ ਅਗਨਾ ਬਚਨ ਕਿਹਾ ਸੀ ਅਤ ਪਿਰਿਆ ਸਿੱਖ ਹੈ ਕੋ ਮੇਰਾ ਆਪਣੋ ਸੀਸ ਦੇਹੇ ਇਸ ਬੇਰਾ। ਕਹਿਣਾ ਬੜਾ ਸੌਖਾ ਹੈ ਗੁਰਸੰਗਤ ਜੀ ਗੁਰੂ ਪਰਖ ਦਾ ਪਰਚਾ ਨਾ ਪਾਵੇ ਪਰਖ 'ਚ ਪੂਰੇ ਉਤਰਨਾ ਬਹੁਤ ਔਖਾ ਹੈ। ਇਤਿਹਾਸ ਨੇ ਲਿਖਿਆ ਵੀ ਸਭ ਦੀਆਂ ਨੇਮੀਆਂ ਪੈ ਗਈਆਂ ਸਨ ਦੂਜਾ ਵਚਨ ਸੁਣ ਕੇ ਕੋਈ ਉੱਠਿਆ ਨਹੀਂ ਤੀਜਾ ਹੁਕਮ ਹਜ਼ੂਰ ਦਾ ਸੁਣਦਿਆਂ ਭਾਈ ਦਇਆ ਰਾਮ ਖੱਤਰੇ ਗਲ ਵਿੱਚ ਪਰਨਾ ਨੇਤਰਾਂ 'ਚੋਂ ਜਲ ਵਹਾਉਂਦਿਆਂ ਹੱਥ ਜੋੜ ਅੱਗੇ ਖਲੋ ਗਿਆ ਸੀ ਪਾਤਸ਼ਾਹ ਭੁੱਲ ਹੋ ਗਈ ਬਖਸ਼ ਲਓ ਮੇਰੇ ਚੋਜੀ ਪ੍ਰੀਤਮ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਭਾਈ ਦਇਆ ਰਾਮ ਨੂੰ ਕਹਿਣ ਲੱਗੇ ਕੀ ਭੁੱਲ ਹੋ ਗਈ ਹੈ। ਕਹਿਣ ਲੱਗਿਆ ਪਾਤਸ਼ਾਹ ਇਹ ਗੁਰੂ ਨਾਨਕ ਦਾ ਘਰ ਐਸਾ ਨਹੀਂ ਵੀ ਕਿਸੇ ਨੂੰ ਲਾਲਚ ਦੇ ਕੇ ਸਿੱਖ ਬਣਾਇਆ ਜਾਂਦਾ। ਅੱਜ ਤਾਂ ਕੋਈ ਸਬਜ਼ੀਆਂ ਦੇ ਲਾਲਚਾਂ ਵਿੱਚ ਹੀ ਮਨੁੱਖ ਘਰੇ ਫਿਰਦੇ ਨੇ
इस तरह के अखौती गुरु अपने वाल प्रेरणा करते ने। भाई दया राम कह लग्या पातशाह गुरु नानक के घर के अंदर तो जदों सिख बन आउंदा तुहाडा हुक्म है पहला मरण कबूल जीवन की सड़ आस हो सबना की रेणका तो आओ हमारे पास सिर तो सतगुरु उस दिन तो तुहाडा सी जदों तुहाडी शरण च आया भुल ये होगी भी पहला हुक्म सुनदिया हाजिर नहीं होए सिर हाजिर है पातशाह प्रवान करो मैं विस्तार च नहीं जाना गुरु प्यारियो मेरे पातशाह दे अगे पंजा ने सिर दिते सन पंजा नूं सतगुरु ने अमृत का वाटा तैयार करके जप जीओ जाप जी को दसूं सबइए पुन चौपी अलायक है आनंद उचार अरदास करके सुधार अमृत तैयार गुर ऐस विद कीनो है अमृत तैयार करके फिर कले कले नूं पान जोर कर अमी प्यावै बोल वाहिगुरु मुखों कहावै जिवें कल नूं पंज प्यारिआं ने अमृत छकावन लग्या वीर आसन आप बैठ के अमृत तैयार करनगे अमृत भलासी नूं वीर आसन बिठा के अमृत दा चूला बुक विच पा के अगों कहणगे बोल वाहिगुरु जी का खालसा वाहिगुरु जी की फतेह। मेरे पातशाह ने पंजां नूं अमृत दे के फिर पंजां दे अगे आप हथ जोड़ ले क्या प्यारे दया सिंह जी जिवें तुहानूं दया राम तो प्यारे दया सिंह बनाया है मैनू गुरु गोबिंद राय तो गुरु गोबिंद सिंह बना देवो। मैं संखेप जी बेनती कर रहे हैं गुरु के लाल पंजे कहन लगे पातशाह तुसा तो साडे सीस लैके सानू अमृत दिता है असा सीस भेट किते आ आप की देवोंगे। मेरे चोजी प्रीतम गुरु गोबिंद सिंह साहब जी कहन लगे भाई प्यारे दया सिंह तुसी कला कला सीस भेट किता है मैं पिता तो हथों वार दिता है मैं सब कुछ तो हथों कुर्बान कर देवांगा कल्ले सिर दी गल की कर दियो ठीक अल्लाह जार खां ने कहा पहले पिता कटाया अब बेटे कटाऊंगा गुरु नानक का बाग खून जिगर से खिलाऊंगा कल्ला कहिया नहीं जे कदे वो समा आ बनिया गुरु प्यारे चमकौर जी गड़ी का इतिहास पढ़ो आपां सारे परिवारां वाले बैठे हाँ दस लख दा घेरा है दस लख दे घेरे दे अंदर मेरे चोजी प्रीतम गुरु गोबिंद सिंह साहब जी अपने बड़े लाल साहब अजीत सिंह जी नूं आप भेज रहे हैं पर पहला बाबा अजीत सिंह ने आप किया पातशाह जी मेरे मन दे अंदर चाह है दुश्मना दे नाल जूझण दा हजूर कहन लगे पर हाँ अजीत सिंह पर मेरा ये मन अंदर भी खास है अल्लाह जारखां कहता है मुझे खास है तुम्हें तेग चलाते हुए देखें मुझे खास है तुम्हें बरसी खाते हुए देखें ये तो कोई कह सकता है भी तुहानू मैं दुश्मन ते वार करदिया देखना चाहुंदा है पर कोई दुनिया के अंदर पीर पकंबर औलिया अवतार अपने जिगर के टुकड़े नूं इस तरह नहीं कह सकता गुरु प्यारियो। मैं देखे पिंडां दे अंदर रहण वाले कदे थोड़ा जिहा लड़ाई झगड़ा हो जाए मां बाप अपने बच्चों नूं खिच खिच के अंदर वल जांदे ने कदे चोट ना लग जावे तानो मेरे चोजी प्रीतम गुरु गोबिंद सिंह साहब जी जे बड़ा लाल शहीद हो गया सामने तो सतगुरु जी कहते ने शाबास पिशर खूब दलेरी से लड़े हो हाँ क्यों ना हो गोबिंद के फरजंद बड़े हो। मेरे पातशाह जे वड्डा साहबजादा शहीद हो जाता है गुरु का दूजा लाल साहब जुझार सिंह जी बाबा साहब जुझार सिंह आके सतगुरु पिता नूं शीश चुका के कहिंदा है पिता जी वड्डे भराता दे नालों बछोड़ा ना पाओ देखो सामने एक शहीद हो गया है ते दूजे लाल नूं छाती नाल घुट के मेरे पातशाह कहिंदे ने लाओ आओ तन पाक पे हथियार सजा दें छोटी सी कमा नन्नी सी तलवार सजा दें अज सानू श्री साहब पहननी औखी हो गई आ अज कशहरा पाउणा औखा हो गया है। मेरे चोजी प्रीतम गुरु गोबिंद सिंह साहब जी कहिंदे मेरे लाल जुझार सिंह अंगे हर रोज तेरे शस्त्र पहनाउंदा सी दमाले सजाउंदा सी पर अज आ आखीरली बार भी मैं तेरे कमर कसा सदा दियां शस्त्र सजा दियां पर सनद बनद करके की कहिंदे ने लाओ जाओ सुधारो तुम्हें अल्लाह को सौंपा मर जाओ जा मारो तुम्हें अल्लाह को सौंपा सिखी को उभारो तुम्हें अल्लाह को सौंपा। पर एक विद्वान का कथन है जदों छोटा लाल भी हजूर के सामने अखां दे शहीद हो गया है
ਉਹ ਵਿਦਵਾਨ ਕਥਨ ਕਰਦਾ ਸੀਤਲ ਸਿੰਘ ਕਹਿੰਦੇ ਜਦ ਹੱਸ ਸ਼ਹੀਦੀ ਪਾ ਗਿਆ ਲਾਲ ਛੁਟੇਰਾ ਅੱਖਾਂ ਸਾਹਮੇ ਹੋਵਿਆ ਉਹ ਵੇਰਾ ਵੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੇਲ ਵਡੇਰਾ ਹੱਥ ਜੋੜ ਬੋਲੇ ਸਤਿਗੁਰੂ ਬਾ ਭਾਣਾ ਤੇਰਾ ਪਰ ਅਖੀਰ ਚ ਕੀ ਕਿਹਾ ਸੀ ਪੰਥ ਬਸੇ ਮੈਂ ਉਜੜਾ ਮਨ ਚਾਉ ਘਨੇਰਾ ਗੁਰੂ ਪਿਆਰਿਓ ਫਿਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਆਨੰਦਪੁਰ ਸਾਹਿਬ ਦੇ ਨਾਲ ਪੰਜਾਂ ਨਾਲ ਵਚਨ ਕੀਤਾ ਸੀ ਉਹ ਪੂਰਾ ਕੀਤਾ ਹੈ ਪੰਜਾਂ ਨੇ ਫਿਰ ਗੁਰਦੇਵ ਨੂੰ ਅੰਮ੍ਰਿਤ ਛਕਾਇਆ ਪੰਜਾਂ ਨੇ ਅੰਮ੍ਰਿਤ ਛਕਾਇਆ ਤਦ ਹੀ ਭਾਈ ਗੁਰਦਾਸ ਸਿੰਘ ਜੀ ਨੇ ਕਿਹਾ ਵਾ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਖਾਲਸੇ ਨੂੰ ਸਾਜ ਕੇ ਸਦੀਵ ਕਾਲ ਸਮੁੱਚੇ ਖਾਲਸੇ ਨੂੰ ਆਨੰਦਪੁਰ ਸਾਹਿਬ ਦਾ ਵਾਸੀ ਬਣਾਇਆ ਹੈ ਗੁਰੂ ਕਲੰਗੀਆਂ ਵਾਲੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਈ ਵਾਰ ਹੁਕਮਨਾਮੇ ਭੇਜੇ ਨੇ ਜਿੱਥੇ ਪਹਿਲਾਂ ਹੁਕਮਨਾਮੇ ਭੇਜ ਕੇ 80,000 ਦਾ ਇਕੱਠ ਕੀਤਾ ਸੀ ਚੌਂ ਦਿਸ਼ਨ ਤੇ ਗੁਰੂ ਹਕਾਰੇ ਪਠੇ ਹੁਕਮਨਾਮੇ ਲਿਖ ਸਾਰੇ ਚੇਤ ਮਾਸ ਮੈਂ ਮੋਹੇ ਟਿਗਾਵੋਂ ਵਿਸੋਹੇ ਕੋ ਮੇਲਾ ਬੜ ਲਾਵੋ ਇਹ ਤਾਂ ਅਸੀਂ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਖਾਲਸੇ ਦੀ ਸਾਜਨਾ ਲਈ ਹੁਕਮਨਾਮੇ ਦੂਸਰੀ ਵਾਰ ਇਸ ਤਰ੍ਹਾਂ ਵੀ ਗੁਰਦੇਵ ਨੇ ਹੁਕਮ ਭੇਜਿਆ ਸੀਗਾ ਦੇਸ਼ ਦੇਸ਼ ਕੀ ਸੰਗਤ ਤਾਈ ਪੁਣ ਪਠਿਓ ਕੈ ਐਸੇ ਪਾਂਚ ਭਚੰਗੀ ਤੇ ਜੋ ਅੰਮ੍ਰਿਤ ਛਕੈ ਸੋ ਸਿੱਖ ਸੁਖ ਲੈਸੇ ਆ ਜਿਵੇਂ ਕੱਲ ਨੂੰ ਇੱਥੇ ਅੰਮ੍ਰਿਤ ਦਾ ਵੈਟਾ ਤਿਆਰ ਹੋਣਾ ਹੈ ਨਾ ਇਹ ਉਸ ਵੇਲੇ ਹੀ ਗੁਰਦੇਵ ਕਲੰਗੀ ਧਰਨੇ ਸਭ ਥਾਈ ਪੰਜ ਪਿਆਰੇ ਤਿਆਰ ਕਰਕੇ ਅੰਮ੍ਰਿਤ ਛਕਾਵਣ ਲਈ ਹੁਕਮ ਕਰ ਦਿੱਤਾ ਸੀ ਗੁਰੂ ਖਾਲਸਾ ਜੀ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਤੁਸੀਂ ਪੜ੍ਹ ਕੇ ਦੇਖੋ ਮਾਲਵੇ ਦੀ ਧਰਤੀ ਦੇ ਉੱਤੇ ਉਹਨਾਂ ਨੇ ਕਿੱਡਾ ਵੱਡੇ ਪੱਧਰ ਦੇ ਉੱਤੇ ਕੜਾਹੇ ਅੰਮ੍ਰਿਤ ਦੇ ਤਿਆਰ ਕਰ ਕਰਕੇ ਅੰਮ੍ਰਿਤ ਅਭਲਾਸੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਹੈ ਇਸੇ ਤਰ੍ਹਾਂ ਭਾਈ ਸਾਹਿਬ ਪੰਥ ਰਤਨ ਭਾਈ ਸਾਹਿਬ ਭਾਈ ਬਹੁਤ ਸਤਿਕਾਰਯੋਗ ਭਾਈ ਜਸਵੀਰ ਸਿੰਘ ਜੀ ਉਹਨਾਂ ਨੇ ਕਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗੁਰੂ ਕਲੰਗੀਧਰ ਨੇ ਦੇਸ਼ ਦੇਸ਼ ਕੀ ਸੰਗਤ ਤਾਈ ਪੁਨ ਪਠਿਓ ਕਹਿ ਐਸੇ ਪਾਂਚ ਭਚੰਗੀ ਤੇ ਜੋ ਅੰਮ੍ਰਿਤ ਛਕੈ ਸੋ ਸਿੱਖ ਸੁਖ ਲੈਸੇ ਅੰਗ ਸੰਗ ਮੈਂ ਰਹੋ ਤਿਸੀ ਕੇ ਕਰੋ ਨਿਹਾਲ ਮਹਾਨੇ ਚਾਰ ਪਦਾਰਥ ਦੈ ਹੋ ਤਿਸੀ ਕੋ ਬਚਨ ਜੋ ਹਮਰਾ ਮਾਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜਿਹੜਾ ਮੇਰਾ ਵਚਨ ਮੰਨੂ ਅੰਮ੍ਰਿਤ ਛਕ ਲੂ ਪੰਜਾਂ ਤੋਂ ਮੈਂ ਉਹਦੇ ਸਦਾ ਅੰਗ ਸੰਗ ਰਹਾਂਗਾ ਉਹਨੂੰ ਮੈਂ ਚਾਰੇ ਪਦਾਰਥ ਬਖਸ਼ ਦੇਵਾਂਗਾ ਗੁਰੂ ਪਿਆਰਿਓ ਕਲੰਗੀਆਂ ਵਾਲੇ ਦੀਆਂ ਖੁਸ਼ੀਆਂ ਜਿਹਨੇ ਲੈਣੀਆਂ ਨੇ ਉਹ ਅੰਮ੍ਰਿਤ ਛਕੋ ਮੈਂ ਇੱਕੋ ਹੀ ਇਤਿਹਾਸਿਕ ਸਾਖੀ ਤੁਹਾਡੇ ਨਾਲ ਸੰਖੇਪ ਰੂਪ ਵਿੱਚ ਸਾਂਝੀ ਕਰਕੇ ਖਿਮਾ ਮੰਗਾਂਗਾ ਸਤਿਗੁਰੂ ਦਸ਼ਮੇਸ਼ ਪਿਤਾ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸੁਸ਼ੋਭਿਤ ਹਨ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਰਾਤਰੀ ਨੂੰ ਸਿੰਘ ਪਹਿਰਾ ਦਿਆ ਕਰਦੇ ਸਨ ਇੱਕ ਰਾਤ ਐਸੀ ਆਈ ਤਵਾਰੀਖ ਗੁਰੂ ਖਾਲਸਾ ਜੀ ਵੀ ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ ਪੰਥ ਪ੍ਰਕਾਸ਼ ਅੰਦਰ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਤਮਾਮ ਗ੍ਰੰਥਾਂ 'ਚ ਇਹ ਪ੍ਰਸੰਗ ਆਉਂਦਾ ਥੋੜ੍ਹਾ ਥੋੜ੍ਹਾ ਕਹਿਣ 'ਚ ਵਿਦਵਾਨਾਂ ਦੇ ਲਿਖਣ ਦੇ ਅੰਦਰ ਫਰਕ ਹੈ ਪਰ ਗਿਆਨੀ ਗਿਆਨ ਸਿੰਘ ਜੀ ਵੀ ਲਿਖਦੇ ਹਨ ਕਹਿੰਦੇ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਇੱਕ ਰਾਤ ਭਾਈ ਡੱਲਾ ਪਹਿਰਾ ਦੇਣ ਲੱਗਿਆ ਹੈ ਹਜ਼ੂਰ ਰਾਤ ਨੂੰ ਆਵਾਜ਼ ਦੇ ਕੇ ਪੁੱਛਦੇ ਪਏ ਨੇ ਵੀ ਪਹਿਰੇ 'ਤੇ ਕੌਣ ਹਾਜ਼ਰ ਹੈ ਭਾਈ ਡੱਲਾ ਹੱਥ ਜੋੜ ਬੇਨਤੀ ਕਰਦਾ ਪਾਤਸ਼ਾਹ ਤੁਹਾਡਾ ਚਰਨ ਸੇਵਕ ਡੱਲਾ ਹਾਜ਼ਰ ਹੈ ਮੇਰੇ ਸਤਿਗੁਰੂ ਬੜੇ ਤਰੁੱਠੇ ਨੇ ਅੱਜ ਭਾਈ ਡੱਲੇ ਦੇ ਉੱਤੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੂਸਰੇ ਦਿਨ ਦੀਵਾਨ ਸਜਾਇਆ ਸਜੇ ਹੋਏ ਦੀਵਾਨ ਦੇ ਅੰਦਰ ਤਰੁੱਠ ਕੇ ਮੇਰੇ ਪਾਤਸ਼ਾਹ ਭਾਈ ਡੱਲੇ ਨੂੰ ਕਹਿਣ ਲੱਗੇ ਭਾਈ ਡੱਲਿਆ ਮੰਗ ਜੋ ਕੁਝ ਮੰਗਣਾ ਹੈ ਅਸੀਂ ਰਾਤ ਤੇਰੇ ਪਹਿਰੇ ਦੇ ਉੱਤੇ ਪ੍ਰਸੰਨ ਹੋ ਗਏ ਹਾਂ ਡੱਲਾ ਸੋਚਾਂ ਵਿੱਚ ਪੈ ਗਿਆ ਥੋੜ੍ਹੇ ਸਮੇਂ ਬਾਅਦ ਸੋਚ ਕੇ ਕਹਿਣ ਲੱਗਿਆ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦੀਨ ਦੁਨੀਆਂ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੇ ਵਰਗਾ ਹੋਵੇ ਦਾਤਾ ਡੱਲੇ ਵਰਗਾ ਹੋਵੇ ਮੰਗਤਾ ਹੇ ਪਾਤਸ਼ਾਹ ਇੱਕ ਬਾਦਸ਼ਾਹ ਦੇ ਕੋਲੋਂ ਮੰਗਣ ਵਾਲਾ ਕੋਈ ਤੂੜੀ ਦੀ ਪੰਡ ਮੰਗ ਲਏ ਉਹ ਕਦੇ ਸੋਭਾ ਪਾਉਂਦਾ ਤੁਸੀਂ ਮੰਗਣ ਲਈ ਮੈਨੂੰ ਹੁਕਮ ਕੀਤਾ ਹੈ ਆ ਜਾਇਦਾਦ ਨੌਕਰ ਚਾਕਰ ਤਾਂ ਤੁਹਾਡੇ ਬੜੇ ਦਿੱਤੇ ਹੋਏ ਹਨ ਫਿਰ ਜੇ ਮੇਰੇ 'ਤੇ ਤਰੁੱਠਿਓ ਤਾਂ ਪਾਤਸ਼ਾਹ ਮੇਰੀ ਮੰਗ ਇਹ ਆ ਜਿੱਥੇ ਸਦੀਵੀ ਤੁਹਾਡਾ ਨਿਵਾਸ ਆ ਮੈਨੂੰ ਆਪਣੇ ਚਰਨਾਂ ਦੇ ਅੰਦਰ ਬਸ ਇੱਕ ਪੀੜ੍ਹੀ ਜਿੰਨੀ ਜਗ੍ਹਾ ਬਖਸ਼ਿਸ਼ ਕਰ ਦਿਓ ਮੇਰੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਭਾਈ ਡੱਲਿਆ ਸੱਚਖੰਡ ਦੇ ਅੰਦਰ ਪੀੜ੍ਹੀ ਜਿੰਨੀ ਜਗ੍ਹਾ ਤਾਂ ਉਸ ਨੂੰ ਮਿਲ ਸਕਦੀ ਆ ਜਿਹਨੇ ਅੰਮ੍ਰਿਤ ਛਕਿਆ ਹੈ
तेरी सेवा ते रात्री ते त्रुटे हाँ जे चाहे तो भाई दया सिंह भाई धर्म सिंह राही असी दीने कांगड़ की धरती तो जफरनामा लिख के औरंगजेब का उरदासा सोधन लई भेजे हुए ने। थोड़े दिन के अंदर हिंदुस्तान का बादशाह जुलम नाल जिदे नाल असी टाकरा लिया उस जालम का खात्मा हो जा रहा है। कहे तो तेनों हिंदुस्तान की पातशाही बख्श सकते हैं, जे कह स्वर्ग के राज बख्श सकते हैं। भाई डल्ला कह लग्या पातशाह जे त्रुटियो तो अपने चरणा च ही निवास पीढ़ी जिनी जगह बख्श कर दियो। गुरदेव कह लगे भाई डलिया फिर तो अमृत छकना पवेगा। इतिहास के बोल ने प्रभु जी जहां बास तुम ठाना एक पीढ़ी का देहो मोह ठाना अबर न मोर इच्छा हो ही अपन नजीक राखियो तो ही। हे मेरे गुरदेव होर कोई इच्छा नहीं है, बस एक पीढ़ी जिनी जगह मैनू अपने चरणा के अंदर बख्श दियो। सुन सतगुर तब वचन उतारे अमृत खंडे को लेहो तारे डल्ले ते डल सिंह कहावो हो गुर घर का तुम सिदक कमावो। है भाई डलिया डल्ले तो डल सिंह बनना पऊगा अमृत छक के। उत्थे तां कवि संतोख सिंह ने बड़े बिलास वाले भी वचन लिखे ने, क्योंकि गुरु घर की मर्यादा है जदों प्रशादा तैयार हुंदा है अरदास करके कृपान भेट की जाती है। कलंगी धर पातशाह की मर्यादा सी। भाई डल्ला कह लग्या प्रभु जी सो पी अमृत खंडे केर करद भेट के अचबो फेर। हे गुरदेव मैं तो वह अमृत हर रोज छकदा, तुसी हर रोज अरदासा सिंह करदे आ कृपान भेट करदे आ वह भी अमृत है। इतिहास के बोल ने कहिंदे सतगुरु सुन के भाई डल्ले दे कोलों मुस्कराए ने। सुन सतगुर बहु बखसाने, सुन डल सिंह हम खुशी महाने। मेरे पातशाह कहिंदे भाई डल्लिया इस तरह के टाल मटोले ना कर, असी तेरे ते त्रुटे हाँ। जे तू सचखंड अंदर हुण जगह लैनी आ तां अमृत छक। उस वेले गुरसंगत जी कल्ले भाई डल्ले ने नहीं छकिया है, उहदे परिवार ने भी छकिया है। इतिहास तां इह लिखिया है हाथ जोर कर आगै खरियो अमृत खंडे को गुर करियो सौ नर अपर खरे नर होए सक्यो सुनहरे सब एक कोए। सौ प्राणियां ने भाई डल्ले दे नाल तख्त श्री दमदमा साहब की धरती दे उत्ते दशमेश पिता ने अमृत तैयार कराया। उहदे नाल दे जिन्ने उहदे नाल नौकर चाकर होर जिन्ने सन परिवार दे जी मित्र दोस्त रिश्तेदार सारिया ने अमृत छकना किया है। हुण सतगुर भय कृपाला बख्शो खड़ग बड्डो अर ढाला। जदों उहने अमृत छक लिया सतगुरु त्रुटे उहनूं शस्त्र बख्शिश कीते। दवै हजार के कंकण दोए जड़े जड़ाऊं बख्शे सोए ते नाल ही गुर के बस्त्र पूजवे हेत देत भय तब कृपा नकेत। कृपा दे घर सतगुरु ने अपने बस्त्र भी जेड़े मुक्तसर दे जंग दे अंदर पहने सी जदों बदावा पाड़िया सी महा सिंह नूं गोद च लिया सी ओ चोगा भी गुरदेव ने बख्शिश किया। गुरसंगत जी अज तक तुसी दमदमा साहब जाओ भाई डल्ले दा घर उत्थे है। एक बीबी वो सारे शस्त्र वो गुरदेव के बस्त्रां दे दर्शन अज तक भी करवाए जाते हैं उत्थे। गुरु गोबिंद सिंह साहब जी तां त्रुटे सन जे भाई डल्ले ने अमृत छक के डल सिंह बनिया। डल्ला फिर अमृत छक के कहन लग्या महाराज हुण तां जगह मिलेगी सचखंड अंदर। मेरे पातशाह कहिंदे भाई डल सिंह गुरबाणी दे बोल पढ़ हुण तां दीन दयाल भरोसे तेरे सब परिवार चढ़ाया बेड़े। इसलिए मैं समा बहुता ना लै गया होवां गुरसंगत जी खिमा कर देनी। मेरी हथ बन बेनती है गुरु प्यारियो समा ना कुछ आयो। सतगुर वाजो गुर नहीं कोई निगुरे का है नौ बुरा। अमृत छकीए गुरु बाले बनीए बाणे बाणी दे धारणी बनीए नशियां दा त्याग करिए। आनंदपुर साहब का 350 साल स्थापना दिवस मनाउन जा रहे हैं आ 17, 18, 19 जून नूं आ रहा है। बहुत बड़े पद्धर दे उत्ते तकरीबन 70 तो वध नगर कीर्तन सारिया संपर्दावां महापुरखां धार्मिक जथेबंदियां वल्लों बहुत बड़े पद्धर दे उत्ते नगर कीर्तन आनंदपुर साहब पहुँच रहे ने। 1 जून तो लैके तो लगातार ही नगर कीर्तन आने हैं सारे थावां दे अंदर ही। परसों दास सिंगड़े सी उत्थे बेनती की जिन्हें उस करनाल के इलाके सारे महापुरख कट्ठे हुए सन
ਉਹਨਾਂ ਨੇ ਵੀ ਉਸ ਵੇਲੇ ਫੈਸਲਾ ਕੀਤਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੋਂ ਨਗਰ ਕੀਰਤਨ ਆਵੇਗਾ। ਅੱਜ ਹੁਣੇ ਮੈਂ ਦਾਸ ਕਮਾਣਾ ਪਿੰਡਾ ਰਤੀਏ ਦੇ ਕੋਲੋਂ ਕੱਲ ਨੂੰ ਉੱਥੋਂ ਇੱਕ ਬਹੁਤ ਵੱਡਾ ਨਗਰ ਕੀਰਤਨ ਸੰਤ ਬਾਬਾ ਹਰਚਰਨ ਸਿੰਘ ਜੀ ਲੈ ਕੇ ਆ ਰਹੇ ਨੇ, ਜਿਹੜਾ ਪਰਸੋਂ ਨੂੰ ਇੱਥੇ ਪਹੁੰਚੇਗਾ। ਰਾਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਪਵਿੱਤਰ ਸਥਾਨ ਦੇ ਉੱਤੇ ਠਹਿਰੇਗਾ। ਇੱਕ ਕੱਲ ਨੂੰ ਗੜ੍ਹ ਸੰਕਟ ਤੋਂ ਨਗਰ ਕੀਰਤਨ ਬਾਬਾ ਸਵਰਨਜੀਤ ਸਿੰਘ ਜੀ ਲੈ ਕੇ ਆ ਰਹੇ ਨੇ। ਭਾਵ ਕਿ ਬੜੀਆਂ ਸੰਗਤਾਂ, ਮੇਰੀ ਹੱਥ ਬੰਨ ਕੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸਾਰੀਆਂ ਸੰਗਤਾਂ ਨੂੰ ਮੇਰੀ ਹੱਥ ਬੰਨ ਬੇਨਤੀ ਆ, ਉਦੋਂ 17, 18, 19 ਜੂਨ ਸਾਰੀਆਂ ਸੰਗਤਾਂ ਤੁਸੀਂ ਵਹੀਰਾਂ ਘੱਤ ਕੇ ਜਿੱਥੋਂ ਦਾ ਸਤਿਗੁਰੂ ਨੇ ਅਨੰਦਪੁਰ ਦਾ ਸਾਨੂੰ ਵਾਸੀ ਬਣਾਇਆ, ਇਹ ਸਾਨੂੰ ਫਕਰ ਹੈ, ਮਾਣ ਹੈ। ਅਨੰਦਪੁਰ ਸਾਹਿਬ 'ਚ ਕੋਠੀਆਂ ਪਾਉਣ ਨਾਲ ਅਨੰਦਪੁਰ ਸਾਹਿਬ ਦਾ ਵਾਸੀ ਨਹੀਂ ਬਣਿਆ ਜਾ ਸਕਦਾ। ਅਨੰਦਪੁਰ ਸਾਹਿਬ ਦਾ ਵਾਸੀ ਉਹ ਆ, ਭਾਵੇਂ ਅਮਰੀਕਾ 'ਚ, ਕਨੇਡਾ 'ਚ, ਕਿਤੇ ਦੇਸ਼ 'ਚ ਰਹਿੰਦਾ, ਭਾਵੇਂ ਭਾਰਤ 'ਚ ਕਿਸੇ ਸ਼ਹਿਰ 'ਚ ਰਹਿਣ ਵਾਲਾ ਹੈ, ਜਿਹੜਾ ਗੁਰੂ ਕੇ ਜਹਾਜ਼ੇ ਚੜ੍ਹਿਆ, ਜਿਹੜਾ ਤਿਆਰ ਪ੍ਰਤਿਆਰ ਅੰਮ੍ਰਿਤਧਾਰੀ ਸਿੰਘ ਆ, ਉਹ ਅਨੰਦਪੁਰ ਸਾਹਿਬ ਦਾ ਵਾਸੀ ਆ। ਉਹ ਫਕਰ ਨਾਲ ਕਹਿ ਸਕਦਾ, ਮੇਰਾ ਜਨਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ, ਮੈਂ ਵਾਸੀ ਅਨੰਦਪੁਰ ਸਾਹਿਬ ਦਾ, ਮੇਰੇ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰੇ ਮਾਤਾ ਮਾਤਾ ਸਹਿਬਦੇਵ ਕੌਰ ਜੀ ਹਨ। ਇਸ ਲਈ ਮੇਰੀ ਬੇਨਤੀ ਆ ਗੁਰੂ ਪਿਆਰਿਓ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਕਾਲ ਤਖ਼ਤ ਜਥੇਦਾਰ ਸਾਹਿਬ ਨੇ ਵੀ ਇਹ ਸਿੱਖ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਦਿੱਤਾ ਸੀ 2014-19 ਜੂਨ ਨੂੰ ਵੀ ਸਾਰੀਆਂ ਸੰਗਤਾਂ ਨੇ ਸਾਲ ਭਰ ਦੇ ਅੰਦਰ ਕੋਈ ਗੁਰੂ ਕਾ ਸਿੱਖ ਰਹਿ ਨਾ ਜਾਵੇ, ਜਿਹੜਾ ਅਨੰਦਪੁਰ ਸਾਹਿਬ ਤੋਂ ਆਵੇ ਨਾ। ਜੰਮੂ ਤੋਂ ਵੀ ਗੁਰਸੰਗਤ ਜੀ, ਬਹੁਤ ਵੱਡਾ ਨਗਰ ਕੀਰਤਨ ਬਟੌਤ ਵਾਲੇ ਜਿਹੜੇ ਮਹਾਂਪੁਰਖ ਨੇ ਨਾ, ਮਹੰਤ ਮੇਹਰ ਸਿੰਘ ਜੀ, ਮਹੰਤ ਕਰਨਜੀਤ ਸਿੰਘ ਜੀ, ਸਾਰੇ ਨਿਰਮਲੇ ਸਾਧੂ ਇਕੱਠੇ ਹੋ ਕਰਕੇ ਇਹ 3 ਤਰੀਕ ਨੂੰ ਜੰਮੂ ਤੋਂ ਨਗਰ ਕੀਰਤਨ ਚੱਲੇਗਾ। ਰਾਤ ਨੂੰ ਰਾਮਪੁਰ ਖੇੜੇ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਹੋਏ, ਹੁਣ ਸੰਤ ਬਾਬਾ ਸੇਵਾ ਸਿੰਘ ਜੀ ਨੇ, ਰਾਤ ਉੱਥੇ ਸਟੇ ਆ ਉਸ ਨਗਰ ਕੀਰਤਨ ਦੀ। 4 ਤਰੀਕ ਨੂੰ ਇਹ 4 ਅਪ੍ਰੈਲ ਨੂੰ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇਗਾ। 1-10 ਜੂਨ ਨੂੰ ਸਾਰੇ ਨਿਰਮਲ ਭੇਖ ਵੱਲੋਂ ਵੱਡਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। 17 ਤਰੀਕ ਨੂੰ ਸੁਰ ਸਿੰਘ ਤੋਂ ਜੋ ਬਾਬਾ ਵਿਧੀ ਚੰਦ ਦੀ ਅੰਸ਼ ਬੰਸ਼ ਸਾਰੇ ਨਿਹੰਗ ਸਿੰਘ ਉਹ ਵੀ ਕੱਢ ਰਹੇ ਨੇ। 18 ਤਰੀਕ ਨੂੰ ਕੀਰਤਪੁਰ ਸਾਹਿਬ ਤੋਂ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਵੱਡਾ ਨਗਰ ਕੀਰਤਨ ਸਾਰੇ ਇਕੱਠੇ ਹੋ ਕੇ ਜਾ ਰਹੇ ਨੇ। ਉਹ ਤੁਹਾਨੂੰ ਬੇਨਤੀ ਕੀਤੀ ਆ ਵੀ 22 ਨਗਰ ਕੀਰਤਨ ਉੱਥੇ ਪਹੁੰਚ ਚੁੱਕੇ ਨੇ, 51-52 ਨਗਰ ਕੀਰਤਨ ਬਾਕੀ ਜਿਹੜੇ ਉਲੀਕੇ ਜਾ ਚੁੱਕੇ ਆ। ਹਾਲੇ ਹੋਰ ਵੀ ਅੱਜ ਵੀ ਕਈ ਫੋਨ ਆਏ ਵੀ ਅਸੀਂ ਨਗਰ ਕੀਰਤਨ ਦੀ ਡੇਟ ਦਿਓ, ਹਰ ਰੋਜ਼ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਨੇ। ਹੱਥ ਬੰਨ ਬੇਨਤੀ ਆ ਮੇਰੀ, ਕੋਈ ਵੀ ਰਹਿ ਨਾ ਜਾਏ, ਉਹ ਜਿੱਥੋਂ ਦੇ ਸਾਨੂੰ ਦਸ਼ਮੇਸ਼ ਪਿਤਾ ਨੇ ਵਾਸੀ ਬਣਾਇਆ, ਉਹਦੇ 'ਚ ਜ਼ਰੂਰ ਸ਼ਾਮਿਲ ਹੋਣਾ। ਮੈਂ ਤਾਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਨੂੰ, ਇਹਨਾਂ ਵੱਲੋਂ ਵੱਡੇ ਪਰੋਪਕਾਰ ਦੇ ਕਾਰਜ ਆਰੰਭੇ ਹੋਏ ਨੇ। ਕਿੱਡੇ ਵੱਡੇ ਭਾਈ ਸਾਹਿਬ, ਪੰਥ ਰਤਨ ਭਾਈ ਜਸਵੀਰ ਸਿੰਘ ਜੀ ਦੇ ਹਸਪਤਾਲ ਖੋਲ੍ਹੇ ਹੋਏ ਆ, ਫ੍ਰੀ ਸਾਰਿਆਂ ਦੇ ਇਲਾਜ ਹੁਣ ਵੀ ਚੱਲ ਰਹੇ ਹਨ। ਕੋਈ ਵੀ ਇਹਨਾਂ ਨੂੰ ਬੇਨਤੀ ਕਰ ਦਈਏ, ਅੱਜ ਬੜਾ ਸਮਾਂ ਹੋਆ ਗੁਰਸੰਗਤ ਜੀ, ਕਈ ਐਸੇ ਨੇ ਜਿਨ੍ਹਾਂ ਦੇ ਲਾ ਇਲਾਜ ਨੇ, ਕਿਤੋਂ ਇਲਾਜ ਕਰਾਉਣ ਲਈ ਪੈਸੇ ਵੀ ਨਹੀਂ ਹਨ, ਉਹਨਾਂ ਨੂੰ ਕੋਈ ਵੀ ਭਾਈ ਸਾਹਿਬ ਨੂੰ ਬੇਨਤੀ ਕਰ ਦਈਏ, ਜਾਂ ਭਾਈ ਗੁਰਮੀਤ ਸਿੰਘ ਜੀ ਉਰੇ ਜਿੰਨੇ ਇਹਨਾਂ ਦੇ ਪ੍ਰਬੰਧਕ ਸਾਥੀ ਹਨ, ਉਸੇ ਵੇਲੇ ਦਾਸਰਿਆਂ ਦੀ ਬੇਨਤੀ ਨੂੰ ਸਿਰ ਮੱਥੇ ਮੰਨ ਕੇ ਫ੍ਰੀ ਇਲਾਜ ਕੀਤੇ ਜਾ ਰਹੇ ਨੇ। ਬਹੁਤ ਮਹਿੰਗੇ ਤੋਂ ਮਹਿੰਗੇ ਇਲਾਜ ਨੇ ਜਿਹੜੇ ਉਹ ਇੱਥੇ ਫ੍ਰੀ ਕੀਤੇ ਜਾ ਰਹੇ ਨੇ। ਵੱਡੇ ਪਰੋਪਕਾਰ ਦੇ ਕਾਰਜ ਸਾਰੇ ਉਹ ਪੰਥ ਰਤਨ ਭਾਈ ਸਾਹਿਬ ਜੀ ਸ਼ੁਰੂ ਕਰਕੇ ਗਏ ਨੇ। ਤਦ ਹੀ ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਪਰੋਪਕਾਰੀ ਬਿਰਲਾ ਆਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ। ਬਿਰਲੇ ਹੁੰਦੇ ਨੇ ਐਸੇ ਜਿਹੜੇ ਪਰੋਪਕਾਰ ਲਈ ਆਉਂਦੇ ਨੇ, ਪਰੋਪਕਾਰ ਦੇ ਕਾਰਜ ਸਦਾ ਲਈ ਸ਼ੁਰੂ ਕਰ ਜਾਂਦੇ ਨੇ। ਉਹ ਕੀਤੇ ਹੋਏ ਸ਼ੁਰੂ ਪ੍ਰੋਗਰਾਮਾਂ ਨੂੰ ਅੱਗੇ ਭਾਈ ਦਵਿੰਦਰ ਸਿੰਘ ਜੀ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਰ ਵੱਡੇ ਪੱਧਰ ਦੇ ਉੱਤੇ ਪਰੋਪਕਾਰ ਦੇ ਕਾਰਜ ਇਹਨਾਂ ਦੇ ਸ਼ੁਰੂ ਕੀਤੇ ਨੇ। ਮੈਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦਾ, ਸਤਿਗੁਰੂ ਇਸ ਅਸਥਾਨ ਦੀ ਚੜ੍ਹਦੀ ਕਲਾ ਕਰਨ, ਇਹ ਜੋ ਕਾਰਜ ਆਰੰਭੇ ਹੋਏ ਨੇ ਹੋਰ ਇਦੋਂ ਚੜ੍ਹਦੀ ਕਲਾ 'ਚ ਪਰੋਪਕਾਰ ਦੇ ਕਾਰਜ, ਹੋਰ ਹਸਪਤਾਲਾਂ ਦੇ ਕਾਰਜ ਇਦੋਂ ਵੱਡੀ ਪੱਧਰ ਦੇ ਉੱਤੇ, ਇਸ ਤਰ੍ਹਾਂ ਲੋਕਾਈ ਦੀ ਮਨੁੱਖਤਾ ਦੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ ਮਨੁੱਖਤਾ ਦੇ ਭਲੇ ਦੇ। ਇਹ ਕਾਰਜ ਵੀ ਅੱਜ ਬਹੁਤ ਵੱਡੀ ਲੋੜ ਹੈ ਜਿਹੜੇ ਭਾਈ ਸਾਹਿਬ ਜੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਮੈਂ ਸਤਿਗੁਰੂ ਅੱਗੇ ਅਰਦਾਸ ਕਰਦਾ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਦੇ ਸਤਿਗੁਰੂ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀ ਬਖਸ਼ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਵੱਧ ਤੋਂ ਵੱਧ ਸਵਾਵਾਂ ਸਤਿਗੁਰੂ ਲੈਂਦੇ ਰਹਿਣ। ਮੈਂ ਇੱਥੋਂ ਬੋਲਦਿਆਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਲੈਣ, ਸਮੁੱਚੀ ਸੰਗਤ ਨੇ ਖਿਮਾ ਕਰ ਦੇਣੀ।
भाई दविंदर सिंह जी सारिया सत्कारत हस्तियों का समुची संगत का बहुत बहुत धन्यवाद। फिर फुलां दी खिमा इन्नी क हाजरी प्रवान कर लैणे जी। वाहिगुरु जी का खालसा वाहिगुरु जी की फतेह। बोले।